ਜ਼ਰੂਰ। ਅਸਲਾਮ ਵਾਲੇਕਮ, ਮੈਂ ਵਾਂ ਤੁਹਾਡਾ ਆਪਣਾ ਪੀ ਕੇ ਰਣਪ੍ਰੀਤ, ਅਤੇ ਮੈਂ ਤਲਵੰਡੀ ਮੂਸੇ ਹਾਂ, ਅਤੇ ਭਾਈ ਨੇ ਮੈਨੂੰ ਮਿਲੇ ਨੇ, ਅਤੇ ਉਹ ਮੈਂ ਇੱਕ ਨਵਾਂ ਸ਼ਰਬਤ ਤਿਆਰ ਕੀਤਾ ਰਣਪ੍ਰੀਤੀ ਦਾ। ਇੱਕ ਗਲਾਸ ਨੀਮ ਗਰਮ ਪਾਣੀ ਲੈ ਲੈਣਾ, ਬੇਗਮ ਦੇ ਦੋਵੇਂ ਪੈਰ ਧੋ ਲੈਣੇ ਨੇ, ਅਤੇ ਦੋ ਚਮਚੀਆਂ ਰੂਹ ਅਫਜ਼ਾ ਸ਼ਰਬਤ ਸੁੱਟ ਕੇ ਪੀ ਛੱਡਣਾ। 3 ਦਿਨ ਬਾਅਦ ਰਣਪ੍ਰੀਤ ਤਿਆਰ, 100 ਸਾਲਾਂ ਪੁਰਾਣੀ ਖੰਘ ਵੀ ਖਤਮ ਹੋ ਜਾਏ। ਅਤੇ ਜ਼ਰੂਰ। ਅਸਲਾਮ ਵਾਲੇਕਮ, ਮੈਂ ਵਾਂ ਤੁਹਾਡਾ ਆਪਣਾ ਪੀ ਕੇ ਰਣਪ੍ਰੀਤ, ਅਤੇ ਮੈਂ ਤਲਵੰਡੀ ਮੂਸੇ ਹਾਂ, ਅਤੇ ਭਾਈ ਨੇ ਮੈਨੂੰ ਮਿਲੇ ਨੇ, ਅਤੇ ਉਹ ਮੈਂ ਇੱਕ ਨਵਾਂ ਸ਼ਰਬਤ ਤਿਆਰ ਕੀਤਾ ਰਣਪ੍ਰੀਤੀ ਦਾ। ਇੱਕ ਗਲਾਸ ਨੀਮ ਗਰਮ ਪਾਣੀ ਲੈ ਲੈਣਾ, ਬੇਗਮ ਦੇ ਦੋਵੇਂ ਪੈਰ ਧੋ ਲੈਣੇ ਨੇ, ਅਤੇ 2 ਚਮਚੀਆਂ ਰੂਹ ਅਫਜ਼ਾ ਸ਼ਰਬਤ ਸੁੱਟ ਕੇ ਪੀ ਛੱਡਣਾ। 3 ਦਿਨ ਬਾਅਦ ਰਣਪ੍ਰੀਤ ਤਿਆਰ, 100 ਸਾਲਾਂ ਪੁਰਾਣੀ ਖੰਘ ਵੀ ਖਤਮ ਹੋ ਜਾਏ। ਅਤੇ ਸਿਆ